ਆਪ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਮੋੜ ਸਵਾਗਤ ਹੈ। ਅਸੀਂ ਪੰਜਾਬ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਦੋ ਪੜਾਵੀ ਚਰਚਾ ਕਰ ਰਹੇ ਹਾਂ। ਜਿੱਦਾਂ ਪਹਿਲੇ ਪੜਾਵੀ ਚਰਚਾ ਹੋਈ ਹੈ, ਦੂਜੇ ਪੜਾਵੀ ਚਰਚਾ ਦੇ ਵਿੱਚ ਵੀ ਸਿੱਧੂ ਸਾਹਿਬ, ਲਾਲਪਰਾ ਜੀ ਅਤੇ ਲੋਚਨ ਜੀ ਦੇ ਮੋੜ ਜੁਆਇਨ ਕਰਨ ਦੇ ਲਈ ਮੈਂ ਉਹਨਾਂ ਨੂੰ ਵੈਲਕਮ ਕਰਦਾ ਹਾਂ। ਜੀ ਆਇਆਂ ਆਖਦਾ ਹਾਂ। ਔਰ ਜਿਹੜੇ ਅਹਿਮ ਸਵਾਲ ਪੰਜਾਬ ਦੀ ਕਾਰਗੁਜ਼ਾਰੀ ਨਾਲ ਪੁਲਿਸ ਦੀ ਕਾਰਗੁਜ਼ਾਰੀ ਨਾਲ ਜੁੜੇ ਵੀ ਅਸੀਂ ਪਹਿਲੇ ਪੜਾਵੀ ਚਰਚਾ 'ਚ ਨਹੀਂ ਲੈ ਸਕੇ, ਉਹਨਾਂ ਹੀ ਸਵਾਲਾਂ ਨੂੰ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਦੂਜੇ ਪੜਾਦੀ ਚਰਚਾ ਚੁਲਵਾਗੇ ਲਾਲਪ੍ਰੇਮ ਜੀ ਜਿੱਦਾਂ ਆਪਾਂ ਪਹਿਲਾਂ ਚਰਚਾ ਕੀਤੀ ਐ ਇਸ ਮੁੱਦੇ ਦੇ ਉੱਤੇ ਖਾਸ ਤੌਰ ਤੇ ਜੋ ਡਰੱਗਸ ਦੀ ਗੱਲ ਕਰਦੇ ਆਂ ਮੈਂ ਡਰਗ ਦੇ ਓਵਰ ਆਲ ਇਸ਼ੂ ਉੱਤੇ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਗੱਲ ਕਰਨਾ ਹੈ ਕਿ ਪੁਲਿਸ ਦੀ ਜਿਹੜੀ ਰਿਸਪੌਂਸਿਬਿਲਟੀ ਦੀ ਗੱਲ ਹੈਗੀ ਐ ਉਸ ਨਜ਼ਰੀਏ ਤੋਂ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਇਸ਼ੂ ਨੂੰ ਗੱਲ ਇਹ ਹੈ ਜੀ ਜੋ ਸਰਕਾਰ ਚਾਹੇਗੀ ਜੇ ਅੱਜ ਸਰਕਾਰ ਫੈਸਲਾ ਕਰ ਲੇ ਕਿ ਸਵੇਰੇ ਪੰਜਾਬ ਚ ਨਸ਼ੇ ਨਹੀਂ ਵਿਕਣਗੇ ਤੇ ਬਿਲਕੁਲ ਨਹੀਂ ਵਿਕਣਗੇ ਜੀ ਜੇ ਮੈਂ ਤੁਹਾਨੂੰ ਆਪਣੀ ਗੱਲ ਸੁਣਾਉਂਦਾ ਮੈਂ 97 ਚ ਐਸ ਐਸ ਪੀ ਤਰਨਤਾਰਨ 83 ਕਿਲੋ ਹਿਰੋਇਨ ਫੜੀ ਸੀ ਓਕੇ ਉਸ ਤੋਂ ਬਾਅਦ ਮੈਨੂੰ ਅਗਲੇ ਦਿਨ ਇਨਾਮ ਹੀ ਮਿਲਿਆ ਜਿਹੜਾ ਹਲੇ ਤੱਕ ਵਰਲਡ ਰਿਕਾਰਡ ਹੈ ਮੇਰੀ ਸਵੇਰੇ ਟਰਾਂਸਫਰ ਹੋ ਗਈ ਤੇ ਉਹ ਜਿਹੜੇ ਬੰਦੇ ਆ ਜਿਹੜੇ ਅਫਸਰਾਂ ਨੇ ਕੰਮ ਕੀਤਾ ਤੁਹਾਨੂੰ ਬਰਾਏ ਨੂੰ ਟੋਕੇ ਕਹਿ ਰਹੇ ਆ ਜ ਸਾਡੇ ਪਰ ਤੋਂ ਤੋਂ ਲੈ ਕੇ ਅੱਜ ਵੀ ਜਾ ਰਹੀ ਹੈ ਅੱਜ ਵੀ ਜਾ ਰਹੀ ਹੈ ਅੱਜ ਵੀ ਜਾ ਰਹੀ ਹੈ ਨਹੀਂ ਪਰ ਹੁਣ ਸਾਡੇ ਵਰਗੇ ਨਹੀਂ ਹੈਗੇ ਇਸ ਤਰ੍ਹਾਂ ਦੇ ਬੰਦੇ ਜੇ ਫੜਦੇ ਤਾਂ ਉਹਦੇ ਘਰ ਮੋੜ ਵੀ ਆਉਂਦੇ ਆ ਓਕੇ ਪਹਿਲਾਂ ਇਹ ਕੰਮ ਨਹੀਂ ਸੀ ਹੁੰਦਾ ਹੁਣ ਜੇ ਐਸਐਸਪੀ ਸਾਹਿਬ ਆਪ ਦੇ ਆਉਂਦੇ ਵੀ ਲਓ ਜੀ ਵਾਪਸ ਰੱਖ ਲਓ ਤੁਸੀਂ ਆਪਣੀ ਸੋ ਗੱਲ ਇਹ ਹੈ ਕਿ ਨਸ਼ਾ ਸਰਕਾਰ ਦੀ ਪੁਲਿਸ ਦੀ ਸਾਰੇ ਸ਼ਹਿਰ ਨਾਲ ਵਿਕਰੀ ਜਿਹੜੀ ਭੁਗਤ ਹੈ ਮਿਲੀ ਭੁਗਤ ਓਕੇ ਓਕੇ ਇਹਦੇ ਤੋਂ ਬਗੈਰ ਜਿਹੜਾ ਤੁਹਾਨੂੰ ਇੱਕ ਸਵਾਲ ਇਹਦੇ ਚ ਬੜਾ ਪੰਜਾਬ ਚ ਬਾਰ ਬਾਰ ਇਹ ਗੱਲ ਉੱਠਦੀ ਹੈ ਕਿ ਇੱਕ ਤਾਂ ਬਾਹਰ ਜਿਹੜਾ ਨਸ਼ਾ ਹੈ ਉਹ ਤਾਂ ਹਾਈ ਹੈ ਜ਼ਿਲ੍ਹਾ ਦੇ ਇੰਡੀਵੀ ਜਿਹੜਾ ਨਸ਼ੇ ਦਾ ਫਲੋ ਆ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਲੜਾਈਆਂ ਝਗੜੇ ਹੁੰਦੇ ਆ ਛਾਪੇ ਪੈਂਦੇ ਆ ਇਹਦੇ باوجود ਕਿਉਂ ਇਹ ਸਾਰਾ ਪ੍ਰੋਸੈਸ ਕੰਟੀਨਿਊ ਹੈ ਸਿੱਧੂ ਸਾਹਿਬ ਇੱਕ ਤੇ ਆਵਾ ਉੱਠ ਗਿਆ ਸਿੱਧੂ ਸਾਹਿਬ ਨੇ ਕਿਹਾ ਡਰਗ ਦੀ ਇਹ ਨਹੀਂ ਵੱਡੀ ਪ੍ਰੋਬਲਮ ਹੈ ਦਿਲ ਹਿਲਦਾ ਕਈ ਵਾਰ ਇਹ ਚ ਕੋਈ ਸ਼ੱਕ ਨਹੀਂ ਜਿਹੜਾ ਜੇਲ੍ਹ ਚ ਨਸ਼ਾ ਜਾਂਦਾ ਉੱਚੀਆਂ ਉੱਚੀਆਂ ਦੁਵਾਰਾਂ ਵੱਡੇ ਗੇਟ ਸੀਸੀਟੀਵੀ ਕੈਮਰੇ ਸੰਤਰੀ ਮੰਤਰੀ ਸਭ ਉਥੇ ਖੜੇ ਨੇ ਮੋਬਾਈਲ ਬਾਹਰ ਖੜਦੇ ਨੇ ਸਾਰੀ ਤਲਾਸ਼ੀ ਲੈਂਦੇ ਨੇ ਜੇ ਫਿਰ ਵੀ ਅੰਦਰ ਜਾਂਦਾ ਤੇ ਮੈਂ ਤੇ ਇਦਾਂ ਕਹੂੰਗਾ ਵੀ ਸ਼ਾਇਦ ਕੈਦੀ ਨਹੀਂ ਲੈ ਕੇ ਜਾਂਦੇ ਸ਼ਾਇਦ ਮੁਲਾਜ਼ਮ ਹੀ ਅੰਦਰ ਜਾ ਕੇ ਤੇ ਕੁੜੀਆਂ ਵੇਚ ਦਿੰਦੇ ਓਕੇ ਚਲੋ ਇਹਦੇ ਤੇ ਕਾਫੀ ਪੰਜਾਬ ਸਰਕਾਰ ਜਿਹੜੀ ਚਿੰਤਤ ਹੈ ਕਰੀ ਹੈ ਪਰ ਅਗਲਾ ਦੁਖਾਂਤ ਜਿਹੜਾ ਸਦੇ ਸਭ ਇਹ ਹੈ ਵੀ ਜੇਲ੍ਹ ਦੇ ਅੰਦਰ ਜਿਵੇਂ ਤੁਸੀਂ ਦੱਸਿਆ 68% ਜਿਹੜੇ ਨਸ਼ੇੜੀ ਬਣ ਗਏ ਨੇ ਅੰਦਰ 50% ਜੇਲ੍ਹ ਪ੍ਰਸ਼ਾਸਨ ਦੱਸਦਾ ਵੀ ਨਸ਼ੇ ਤੋਂ ਬਿਨਾ ਲੋਕ ਰਹਿ ਨਹੀਂ ਸਕਦੇ ਮੈਂ ਪਿੱਛੇ ਜੇ ਰਿਪੋਰਟ ਦੇਖੀ ਸੀ ਪੜ੍ਹੀ ਸੀ ਸਾਰੀਆਂ ਜੇਲਾਂ ਦੀ ਇੱਕ ਮਾਂ ਆਪਣੇ ਪੁੱਤ ਦੀ ਮੁਲਾਕਾਤ ਕਰਨ ਜਾਂਦੀ ਹੈ ਉਹ ਆਪਣੇ ਨਾਲ ਸੇਬ, ਕੇਲੇ ਜਾਂ ਦੁੱਧ ਕਿਉਂ ਲੈ ਕੇ ਨਹੀਂ ਜਾਂਦੀ ਉਹਦੇ ਨੇਫੇ ਵਿੱਚੋਂ ਫੀਮ ਫੜੇਗੀ ਇੱਕ ਪਿਓ ਉੱਥੇ ਮੁਲਾਕਾਤ ਕਰਨ ਗਿਆ ਆਪਣੇ ਪੁੱਤ ਦੀ ਉਹਦੀਆਂ ਜਰਾਬਾਂ ਵਿੱਚੋਂ ਨਸ਼ੇ ਦੀਆਂ ਪੁੜੀਆਂ ਮਿਲ ਗਈਆਂ ਅਸੀਂ ਕਿਤੇ ਅਸੀਂ ਖੁਦ ਵੀ ਜ਼ੁਰਮਾਰ ਇੱਕ ਭੈਣ ਇੱਕ ਭੈਣ ਆਪਣੇ ਭਰਾ ਦੀ ਮੁਲਾਕਾਤ ਕਰਨ ਗਈ ਉਹਦੀ ਗੁੱਤ 'ਚੋਂ ਹਰੌਣ ਦੀਆਂ ਪੁੜੀਆਂ ਮਿਲੀਆਂ ਔਰ ਵੱਡੀ ਗਿਣਤੀ 'ਚ ਜਿਹੜੇ ਹਵਾਲਾ ਤੇ ਕੈਦੀ ਨੇ ਉਹ ਆਪਣੇ ਗੁਪਤ ਅੰਗਾਂ ਦੇ ਵਿੱਚ ਫੀਮ ਨਸ਼ੇ ਲੁਕਾ ਕੇ ਲੈ ਕੇ ਜਾ ਰਹੇ ਨੇ ਓਕੇ ਇਹ ਦੁਰਦਸ਼ਾ ਆ ਪੰਜਾਬ ਦੀ ਇਤਰਾਸ ਦੀ ਹੈ ਇਤਰਾਸ ਦੀ ਹੈ ਜੀ ਜੀ ਸੋ ਇਸ ਕਰਕੇ ਬਲੀਪੁਗਤ ਪਲੱਸ ਪੰਜਾਬ ਦੇ ਲੋਕਾਂ ਦਾ ਨਸ਼ੇ ਤੋਂ ਬਿਨਾ ਬਚਣਾ ਹੀ ਨਾ ਡਰਗ ਜਿੱਥੇ ਮਰਦੀ ਜਾ ਸਕਦੀ ਹੈ ਇਹ ਲੋਕ ਨੂੰ ਜਾਣਾ ਹੀ ਜਾਣਾ ਉਹਨੇ ਲੈ ਕੇ ਜਾਣਾ ਹੀ ਜਾਣਾ ਜੀ ਜੀ ਸਤੂ ਸਰ ਤੁਸੀਂ ਜਿੱਦਾਂ ਸਿਵਲ ਐਡਮਿਨਿਸਟ੍ਰੇਸ਼ਨ ਦੀ ਆਪਾਂ ਗੱਲ ਕਰਦੇ ਆਂ ਜਿਹੜੀ ਜੇਲ ਹੈਗੀ ਆ ਠੀਕ ਹੈ ਜੇਲ ਦੇ ਅੰਦਰ ਪੁਲਿਸ ਦਾ ਰਾਜ ਹੈ ਬਾਹਰ ਸਿਵਲ ਐਡਮਿਨਿਸਟ੍ਰੇਸ਼ਨ ਹੈਗੀ ਹੈ ਜ਼ਿਲ੍ਹਾ ਦੇ ਅੰਦਰ ਵੀ ਸ਼ਰੇਆਮ ਕਿਉਂ ਜਿਹੜਾ ਹੈਗਾ ਡਰੱਗਸ ਦਾ ਜਿਹੜੀ ਸਪਲਾਈ ਹੋ ਰਹੀ ਹੈ ਉਹ ਜਿੱਥੇ ਨਿਛੇੜੇ ਨਸ਼ੇ ਨੇ ਉੱਥੇ ਜਾਣਾ ਉਹ ਕਿਹੜਾ ਗ੍ਰੰਥੀ ਕੋਲੇ ਜਾਊਗਾ ਤਾਂ ਕਹਾਣੀ ਇਹ ਹੈ ਕਿ ਉੱਥੇ ਤਾਂ ਸਾਰੇ ਜਿਹੜੇ ਨਿਚੋੜ ਆ ਜਿਹੜੇ ਪੂਰੇ ਤੌਰ ਤੇ ਨਸ਼ਈ ਹੋ ਚੁੱਕੇ ਐ ਨਸ਼ੇੜੀ ਬਣ ਚੁੱਕੇ ਐ ਉਹਨਾਂ ਨੇ ਕੋਈ ਨਾ ਕੋਈ ਜੁਗਾੜ ਕਰਨਾ ਉਹ ਤੁਸੀਂ ਬਾਹਰ ਦੀ ਗੱਲ ਅੰਦਰ ਦੀ ਗੱਲ ਕਰਦੇ ਹੋ ਬਾਹਰ ਵੀ ਇਹੀ ਕੁਝ ਹੋ ਰਿਹਾ ਆ ਜਿਹੜਾ ਪਿੱਛੇ ਅਮਰਿੰਦਰ ਸਿੰਘ ਸਾਹਿਬ ਨੇ ਕਿਹਾ ਮੈਂ 4 ਮਹੀਨੇ ਚ ਬੰਦ ਕਰ ਦੂੰਗਾ ਮੈਨੂੰ ਇਹ ਲੱਗਦਾ ਇਹਨਾਂ ਨੇ ਦੁਬਾਰਾ ਫੇਰ ਇਸੇ ਇਸ਼ੂ ਤੇ ਆਉਣਾ ਹੀ ਨਹੀਂ ਕਿਉਂਕਿ ਜਿੰਨੇ ਆਪਣਾ ਮਾਲਵਾ ਹੈ ਖਾਸ ਤੌਰ ਤੇ ਜਿੰਨੇ ਜਿੱਥੋਂ ਤੁਸੀਂ ਉਹ ਮੈਂ ਉਹ ਤਾਂ ਜਦੋਂ ਪਤਾ ਇਹ ਲੱਗ ਜੂ ਨਾ ਭਾਈ ਨਸ਼ੇ ਬੰਦ ਕਰ ਰਿਹਾ ਤਾਂ ਉਹਦੇ ਨਾਲ ਹੀ ਨਹੀਂ ਤੁਰਦੇ ਨਹੀਂ ਜੀ ਸਤੂਰ ਬਿਲਕੁਲ ਸਹੀ ਹੈ ਪਰ ਮੈਂ ਸਵਾਲ ਇਹ ਪੈਦਾ ਹਾਂਦਾ ਕਿ ਜਿਹੜੀ ਪੁਲਿਸ ਦੀ ਰਿਸਪਾਂਸਿਬਿਲਟੀ ਹੈਗੀ ਇਹ ਤਾਂ ਨਾ ਕਿਤੇ ਸਿਵਲ ਐਡਮਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਹੈ ਬਿਲਕੁਲ ਸਭ ਦੀ ਜ਼ਿੰਮੇਵਾਰੀ ਹੈ ਇਸ ਨੂੰ ਨਸ਼ੇ ਨੂੰ ਜਾਂ ਜੋ ਵੀ ਸਾਨੂੰ ਇਲਤਾ ਅਲਾਮਤਾਂ ਲੱਗ ਗਈਆਂ ਸਮਾਜਿਕ ਤੌਰ ਤੇ ਜੀ ਉਹਨਾਂ ਦਾ ਹੱਲ ਮੈਂ ਫੇਰ ਕੋਟ ਕਰਦਾ ਵੱਡੇ ਭਾਈ ਸਰਦ ਲਾਲ ਸਿੰਘ ਨੂੰ ਆ ਲਾਲਪੁਰਾ ਸਭ ਨੂੰ ਕਿ ਜਿੰਨੀ ਦੇਰ ਸਾਡੀ ਪੋਲੀਟੀਕਲ ਵਿਲ ਨਹੀਂ ਬਣਦੀ ਅਸੀਂ ਆਪਣੇ ਆਪ ਨੂੰ ਵੈਲਿਊ ਵੈਲਿਊ ਬੇਸਡ ਨਹੀਂ ਬਣਾਉਂਦੇ ਅਸੀਂ ਆਪਣੇ ਆਪ ਨੂੰ ਆਪਣੇ ਸਾਡੇ ਲੀਡਰ ਸੰਵੇਦਨਾਸ਼ੀਲ ਨਹੀਂ ਕਰਦੇ ਇਹ ਕੰਮ ਨਾ ਰੁਕਿਆ ਨਾ ਰੁਕਣਾ ਹਾਂ ਐਨੀ ਗੱਲ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਨਾ ਇਸ ਨੂੰ ਮੋੜਾ ਪਾਉਣ ਲਈ ਕੋਈ ਬਹੁਤ ਵੱਡੀ ਗੱਲ ਦੀ ਲੋੜ ਨਹੀਂ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਹੈ ਇਹਨਾਂ ਨੂੰ ਮੈਂ ਨਹੀਂ ਕਹਿੰਦਾ ਫ੍ਰੀ ਹੈਂਡ ਦੇ ਦਿਓ ਇਹ ਵੀ ਅਸੀਂ ਵਿਗੜੇ ਹੋਏ ਹਾਂ ਵਿਗੜ ਚੁੱਕੇ ਹਾਂ ਸਾਨੂੰ ਜੋ ਸਾਡਾ ਕਾਨੂੰਨ ਦੇ ਦਾਇਰੇ ਵਿੱਚ ਸਾਡੀ ਡਿਊਟੀ ਹੈ ਨਾ ਉਹ ਕਰਨ ਦੀ ਮੌਲਤ ਦੇ ਦਿਓ ਉਹਦੇ ਸਾਨੂੰ ਮੂੰਹ ਦੇ ਮੂੰਹ ਦੇਖ ਕੇ ਪਰਚਾ ਨੰਨਾ ਦਰਜ ਕਰਨਾ ਪਵੇ ਜੀ ਜੀ ਸ਼ਕਲ ਦੇਖ ਕੇ ਬੰਦੇ ਦੇ ਕੋਰਟ ਕੇਸ ਦਾ ਨਾ ਫੈਸਲਾ ਕਰਨਾ ਹੋਵੇ ਤਾਂ ਤੁਸੀਂ ਦੇਖੋ ਸੁਧਾਰ ਸਮਾਜ ਚ ਹੋ ਜਾਏਗਾ ਉਹ ਕਿਸੇ ਦੂਸਰੇ ਉਹ ਕਿ ਲਾਲ ਭਰਾ ਜਦੋਂ ਜ਼ਮੀਨਾਂ ਨੇ ਸਿੱਧੂ ਸਾਹਿਬ ਨੇ ਜ਼ਿਕਰ ਕੀਤਾ ਕਿ ਅਗਰ ਸਾਨੂੰ ਫ੍ਰੀ ਹੈਂਡ ਦਿੱਤਾ ਜਾਂਦਾ ਹੈ ਤਾਂ ਥਾਣਿਆਂ ਦੇ ਅੰਦਰ ਜਿਹੜੀ ਇਸ ਵੇਲੇ ਸਥਿਤੀ ਬਣੀ ਹੈ ਕਿ ਜਦੋਂ ਜਿਸ ਢੰਗ ਨਾਲ ਕਟਾਪਾ ਹੁੰਦਾ ਹੈ ਟੌਰਚਰ ਕੀਤਾ ਜਾਂਦਾ ਹੈ ਕਈ ਮੌਤਾਂ ਵੀ ਹੋ ਜਾਂਦੀਆਂ ਅਗਰ ਲੋਕ ਫਿਰ ਪੁਲਿਸ ਕੋਲੇ ਜਾਣ ਤੋਂ ਡਰਦੇ ਹੈਗੇ ਆ ਤੁਹਾਡਾ ਕੀ ਤਜਰਬਾ ਹੈ ਕਿਉਂ ਸਾਰਾ ਬਫਰ ਰਿਹਾ ਇਹਦਾ ਕਾਰਨ ਇੱਕ ਤਾਂ ਪ੍ਰੇਸ਼ਟਾਚਾਰ ਹੈ ਜੀ ਦੂਜਾ ਬੇਇਨਸਾਫੀ ਜਿਹੜਾ ਪੁਲਿਸ ਵਾਲਿਆਂ ਨੇ ਜਾਂ ਕੋਈ ਵੀ ਕਿਉਂਕਿ ਪੁਲਿਸ ਇੱਕ ਪਹਿਲੀ ਸਟੇਜ ਹੈ ਥਾਣਾ ਪਹਿਲੀ ਸਟੇਜ ਹੈ ਜਿੱਥੇ ਬੰਦਾ ਆਪਣਾ ਦੁੱਖ ਲੈ ਕੇ ਜਾਂਦਾ ਓਕੇ ਓਕੇ ਹੋਰ ਉਹਨਾਂ ਨੇ ਕਚੈਰੀਆਂ ਦੇ ਹੋਰ ਅੱਗੇ ਵੀ ਤੁਰਨਾ ਹੁੰਦਾ ਨਾਲ ਥਾਣੇ ਦੇ ਵਿੱਚ ਸਿਰਫ ਦੋ ਕੰਮ ਹੈ ਪਹਿਲੀ ਗੱਲ ਹੈ ਵੀ ਪੈਸਾ ਕਿਵੇਂ ਇਕੱਠਾ ਕੀਤਾ ਜਾਵੇ ਇਹ ਨਹੀਂ ਹੈਗਾ ਕਿ ਮੈਂ ਕੋਈ ਲੋਕ ਸੇਵਾ ਕਰਨੀ ਹੈ ਕਿ ਮੇਰੀ ਜ਼ਿੰਮੇਵਾਰੀ ਹੈ ਪਿਛਲੇ ਜ਼ਮਾਨੇ 'ਚ ਪੁਲਿਸ ਇੰਨੀ ਚੰਗੀ ਸੀ ਕਿ ਸਰਦਾਰ ਪ੍ਰਤਾਪ ਸਿੰਘ ਕੈਰੋ ਦਾ ਮਰਡਰ ਹੋਇਆ ਨੇਪਾਲ ਚੋਂ ਦੋਸ਼ੀ ਫੜ ਲਿਆਂਦੇ ਇੱਥੇ ਪੰਜਾਬ ਦੇ ਵਿੱਚ ਸਿਵਲ ਸੈਕਰੇਟਰੀਅਟ ਦੇ ਵਿੱਚ ਸਰ ਬਿਨੈ ਸਿੰਘ ਦਾ ਮਰਡਰ ਹੋਇਆ ਕਿਸੇ ਨੇ ਪੁੱਛਿਆ ਨਹੀਂ ਕਿ ਕਿਉਂ ਹੋ ਗਿਆ ਨੋ ਅਕਾਉਂਟੇਬਿਲਟੀ ਅੱਜ ਵੀ ਤੁਸੀਂ ਦੇਖ ਲਓ ਵੀ ਗੁਰਦਾਸਪੁਰ ਤੇ ਪਠਾਨਕੋਟ ਦੇ ਏਰੀਆ 'ਚ ਕ੍ਰਾਈਮ ਹੋਇਆ ਤੇ ਕਿਸੇ ਨੇ ਸੋਚਿਆ ਕਿ ਇਹ ਨਾ ਐਸਐਸਪੀ ਤੇ ਡੀਸੀ ਡੀਆਈਜੀ ਜੋ ਵੀ ਹੈਗੇ ਅਫਸਰ ਅਸੀਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕਰੀਏ ਇਹਨਾਂ ਦੀ ਵੀ ਕੋਈ ਅਕਾਉਂਟੇਬਿਲਟੀ ਹੈਗੀ ਆ ਕੋਈ ਗੱਲ ਨਹੀਂ ਤੋ ਜਦੋਂ ਅਸੀਂ ਚੰਗੇ ਕੰਮ ਦਾ ਕਿਸੇ ਨੂੰ ਇਨਾਮ ਨਹੀਂ ਮਿਲਣਾ ਤੇ ਮਾੜੇ ਕੰਮ ਦੀ ਸ਼ਾਬਾਸ਼ ਮਿਲਣੀ ਹੈ ਤੇ ਫਿਰ ਕੰਮ ਕਿਵੇਂ ਬਦਲੇ ਓਕੇ ਓਕੇ ਅਕਾਉਂਟੇਬਿਲਟੀ ਜਿਹੜੀ ਤੁਲਸੀ ਜੀ ਜਦੋਂ ਆਪਾਂ ਗੱਲ ਕਰਦੇ ਹਾਂ ਰਿਸਪੌਂਸਿਬਿਲਟੀ ਦੀ ਜਿਨ੍ਹਾਂ ਨੇ ਕਿਹਾ ਵੀ ਜੇ ਕੋਈ ਚੰਗਾ ਕੰਮ ਕਰਦਾ ਤੁਸੀਂ ਵੀ ਕਹਿ ਕੇ ਵੀ ਉਹਦੀ ਪਰਫਾਰਮੈਂਸ ਅੱਛੀ ਹੈ ਤੇ ਓਕੇ ਜੇ ਕੋਈ ਇਦਾਂ ਦੀ ਕੋਈ ਕਥਾਹੀ ਵੀ ਕਰਦਾ ਕਿ ਆਖਰਕਾਰ ਜਦੋਂ ਹੁਣ ਆਪਾਂ ਪਠਾਨਕੋਟ ਦੇ ਕੇਸ ਦੀ ਗੱਲ ਕਰਦੇ ਆਂ ਦੂਜੇ ਇਸ਼ੂ ਦੀ ਗੱਲ ਕਰਦੇ ਆਂ ਅਕਸਰ ਹੀ ਆਉਂਦਾ ਕਿ ਕਲੀਨ ਚਿੱਟ ਕੋਈ ਰਿਸਪੌਂਸਿਬਿਲਟੀ ਜਾਂ ਕਾਉਂਟੇਬਿਲਟੀ ਕਿਉਂ ਨਹੀਂ ਹੋ ਸਕਦੀ ਸਤੂ ਸਾ ਤਹਾਡੇ ਚੈਨਲ ਰੇ ਬਾਹਰ ਦੇ ਲੋਕਾਂ ਨੂੰ ਬਚਾਉਣੀ ਜ਼ਰੂਰੀ ਹੈ ਓਕੇ ਦੀਨानगर ਅਤਵਾਦੀ ਹਮਲਾ ਹੋਇਆ ਥਾਣੇ 'ਚ ਜੀ ਜੀ ਮੇਰਾ ਜੋ ਜਿੱਥੋਂ ਤੱਕ ਮੈਂ ਇਹਨੂੰ ਸਟੱਡੀ ਕੀਤਾ ਹੈ ਗੁਰਦਾਸਪੁਰ 에ਅਰ ਬੇਸ ਤੇ ਜਿਹੜਾ ਹਮਲਾ ਹੋਇਆ ਇਹ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ ਹੈ ਮੈਂ ਜੇ ਟਾਈਮ ਵੇਦਾਂ ਮੈਂ ਤੁਹਾਨੂੰ ਦੱਸਾਂ ਓਕੇ 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 ਸਲਵਿੰਦਰ ਸਿੰਘ ਜਿਹੜਾ ਐਸਪੀ ਹੈ ਬੜਾ ਅੱਜਕੱਲ ਚਰਚਾ 'ਚ ਹੈ ਜੋ ਜਦੋਂ ਅ ਚਰਚਾ ਕੀਤੀ ਹੈ ਕਿ ਉਹਨੂੰ ਲਗਾਤਾਰ ਪੁਛਗਿਸ਼ ਹੋ ਰਹੀ ਹੈ ਪੁਛਗਿਸ਼ ਹੋ ਰਹੀ ਹੈ ਉਹਦੀ ਉਹ ਨਾਲ ਰਲਿਆ ਨਹੀਂ ਰਲਿਆ ਮੇਰੇ ਮੁਤਾਬਕ ਹਾਲੇ ਸਪਸ਼ਟ ਨਹੀਂਗਾ ਹੋਵੇਗਾ ਹਨਾ ਉਹ ਉਹ ਪਾਰਟ ਵੱਖਰਾ ਹੈ ਉਹ ਪਾਰਟ ਵੱਖਰਾ ਹੈ ਜੀ ਜੀ ਇੱਕ ਤਰੀਕ ਨੂੰ ਸਵੇਰੇ 3:30 ਵਜੇ ਐਸਪੀ ਆਪਣੇ ਐਸਐਸਪੀ ਨੂੰ ਫੋਨ ਕਰਕੇ ਦੱਸ ਰਿਹਾ ਅੱਤਵਾਦੀਆਂ ਨੇ ਮੇਰੇ ਤੇ ਹਮਲਾ ਕਰ ਦਿੱਤਾ ਠੀਕ ਹੈ ਜੀ ਜੋ ਪੁਲਿਸ ਕਹਿ ਰਹੀ ਹੈ ਪੁਲਿਸ ਇਹ ਕਹਿ ਰਹੀ ਹੈ ਵੀ ਅਸੀਂ 1 ਵਜੇ ਕਲੀਅਰ ਹੋ ਗਏ ਸੀ ਪਹਿਲਾਂ ਲੱਗਾ ਸਾਨੂੰ ਐਸਪੀ ਡਰਾਮਾ ਕਰਦਾ 1 ਵਜੇ ਕਲੀਅਰ ਹੋ ਗਏ ਵੀ ਅੱਤਵਾਦੀਆਂ ਦਾ ਅੱਤਵਾਦੀਆਂ ਦਾ ਕੰਮ ਆ ਉਹਨਾਂ ਨੇ ਦਿੱਲੀ ਫੋਨ ਖੜਕਾ ਦਿੱਤੇ ਉਹਨਾਂ ਨੇ ਸਾਰੀਆਂ ਏਜੰਸੀਆਂ ਨੂੰ ਦੱਸਤਾ ਔਰ ਦਿੱਲੀ ਤੋਂ ਐਨਐਸਜੀ ਐਰਾ ਵਗੈਰਾ ਫੌਜ ਜਿਹੜੀ ਰਵਾਨਾ ਵੀ ਹੋ ਗਈ ਵੀ ਅੱਤਵਾਦੀ ਪਾਕਿਸਤਾਨ ਤੋਂ ਆ ਗਏ ਨੇ 1 ਵਜੇ 1 ਵਜੇ ਤੋਂ ਬਾਅਦ ਇਹਨਾਂ ਨੂੰ ਸ਼ਾਮ ਅਗਜੈਕਟ ਨਹੀਂ ਪਤਾ ਕੋਈ 6 ਵਜੇ ਦੇ ਕਰੀਬ ਜਿਹੜੇ ਐਸਪੀ ਦਾ ਮੋਬਾਈਲ ਖੋਇਆ ਸੀ ਉਹਨਾਂ ਨੇ ਦੂਜੇ ਦਾ ਇੱਕ ਨਾਲ ਸੀ ਵਰਮਾ ਸੀ ਉਹਦਾ ਖੋਇਆ ਸੀ ਉਹਦੀ ਲੋਕੇਸ਼ਨ ਆ ਗਈ 에ਅਰ ਬੇਸ ਦੇ ਜੰਗਲਾਂ ਦੇ ਕੋਲ ਲੋਕੇਸ਼ਨ ਆ ਗਈ ਇਹਦਾ ਮਤਲਬ ਕਲੀਅਰ ਹੋ ਗਿਆ ਵੀ ਹਿੰਦੁਸਤਾਨ ਦੀਆਂ ਸਾਰੀਆਂ ਏਜੰਸੀਆਂ ਨੂੰ ਔਰ ਪੰਜਾਬ ਪੁਲਿਸ ਨੂੰ ਪਤਾ ਲੱਗ ਗਿਆ ਵੀ ਉਹ 에ਅਰ ਬੇਸ ਦੇ ਨੇੜੇ ਘੁੰਮ ਰਹੇ ਨੇ ਵੱਡਾ ਪਾਣਾ ਵਾਪਰ ਚੁੱਕਾ ਹੈ ਔਰ ਪੰਜਾਬ ਪੁਲਿਸ ਦਾ ਏਜੰਸੀਆਂ ਦਾ ਇਹ ਕਹਿਣਾ ਵੀ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਤੇ ਅਸੀਂ 에어 بیس ਦੀ ਫੌਜ ਰਹੀ ਤੇ ਹੋਰ ਘੇਰਾਬੰਦੀ ਕਰ ਲਈ ਤੇ ਉਹ ਜਿਹੜੇ ਅਤਵਾਦੀ ਸੀ ਉਹਨਾਂ ਨੇ 2 ਤਰੀਕ ਨੂੰ ਸਵੇਰੇ 3:30 ਵਜੇ ਅੰਦਰ ਵੜ ਕੇ ਅਟੈਕ ਕਰ ਦਿੱਤਾ ਐਸਪੀ ਨੇ 1 ਤਰੀਕ ਨੂੰ ਸਵੇਰੇ 3:30 ਦੱਸਿਆ 2 ਤਰੀਕ ਨੂੰ 3:30 ਵਜੇ ਅਟੈਕ ਕਰਤਾ 24 ਘੰਟੇ ਦੁਨੀਆ ਆਪਣੇ ਸਾਰੇ ਦੇਸ਼ ਦੀਆਂ ਏਜੰਸੀਆਂ ਨੂੰ ਪਤਾ ਆਰਮੀ ਨੂੰ ਪਤਾ ਸਾਰਿਆਂ ਨੂੰ ਪਤਾ ਜਾ ਵੀ ਘੰਟੇ ਲੱਭ ਨਹੀਂ ਸਕੇ ਇਹਦੇ ਬਾਅਦ ਵੀ ਉਹ ਅਟੈਕ ਕਰਤਾ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਜਿਹੜੇ ਇਹਨਾਂ ਨੇ ਗੱਲ ਕਹੀ ਹੈ ਇੰਨੀ ਹੈਰਾਨੀ ਵਾਲੀ ਗੱਲ ਹੈ ਹਮ ਇੰਨਾ ਵੱਡਾ ਇਨਸੀਡੈਂਟ ਹੋਇਆ ਤੇ ਅੱਜ ਤੱਕ ਕੌਨਸਟੇਬਲ ਨੂੰ ਵੀ ਸਜ਼ਾ ਨਾ ਦਿੱਤੀ ਗਈ ਹੋਵੇ ਕਾਉਂਟੇਬਿਲਟੀ ਦੀ ਗੱਲ ਕਰਦੇ ਆ ਆ ਕਾਉਂਟੇਬਿਲਟੀ ਦੀ ਗੱਲ ਜਵਾਬ ਦੇ ਹੀ ਨਾ ਕੀਤਾ ਹੋਵੇ ਨਹੀਂ ਕਲੀਨ ਚਿੱਟ ਦੇ ਚੁੱਕੇ ਆ ਕਲੀਨ ਚਿੱਟ ਦਿੱਤੀ ਹੈ ਚਲੋ ਨਹੀਂ ਦਿੱਤੀ ਮੇਰਾ ਕਹਿਣ ਦਾ ਮਤਲਬ ਜੇ ਨਹੀਂ ਦਿੱਤੀ ਹੈ ਨਾ ਮਤਲਬ ਜਿਹੜੇ ਬੰਦਿਆਂ ਦੀ ਮੈਂ ਨਹੀਂ ਕਹਿੰਦਾ ਵੀ ਆਤਵਾਦੀਆਂ ਦਾ ਰਲੇ ਸੀ ਨੈਗਲੀਜੈਂਸੀ ਸੀ ਉਨ੍ਹਾਂ ਨੂੰ ਇਹਦਾ ਮਤਲਬ ਜੇ ਛੱਡ ਦਿੱਤਾ ਤੇ ਇਹਦਾ ਮਤੇ ਇੱਕ ਵਾਰੀ ਫੇਰ ਸੰਕੇਤ ਦੇ ਦਿੱਤਾ ਵੀ ਜੇ ਤੁਸੀਂ ਇਦਾਂ ਦੀ ਗਲਤੀ ਫੇਰ ਕਰੋਗੇ ਪ੍ਰਵਾਹ ਨਾ ਕਰੋ ਇਦਾਂ ਹੀ ਹੋ ਜਾਊਗਾ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਪੁਲਿਸ ਦੀ ਕਾਰਗੁਜ਼ਾਰੀ ਤੇ ਦੋ ਪੜਾਵੀ ਚਰਚਾ ਕਰ ਰਹੇ ਹਾਂ। ਹੁਣ ਵਾਪਸ ਆਉਂਨੇ ਆ ਨਿੱਕੀ ਜੀ ਬ੍ਰੇਕ ਦੇ ਬਾਅਦ। ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਸਿੱਧੂ ਸਾਹਿਬ ਬ੍ਰੇਕ ਤੋਂ ਪਹਿਲਾਂ ਜਿੱਦਾਂ ਆਪਾਂ ਚਰਚਾ ਕਰ ਰਹੇ ਸੀ ਕਿ ਜੋ ਸਾਰਾ ਕੁਝ ਜਿੱਦਾਂ ਲਾਲਪਰਾ ਜੀ ਨੇ ਕਿਹਾ ਤੁਲਸੀ ਜੀ ਨੇ ਕਿਹਾ ਜੋ ਸਿਚੁਏਸ਼ਨ ਬਣੀ ਹੈ ਤੁਹਾਡਾ ਬਹੁਤ ਲੰਮਾ ਤਜਰਬਾ ਹੈ ਕਿਵੇਂ ਸੋਚਦੇ ਹੋ ਕਿ ਆਖਰਕਾਰ ਜਗਤਾਰ ਜੀ ਬੜੀ ਮਿਹਰਬਾਨੀ ਹਰ ਗੱਲ ਜਦੋਂ ਤੁਸੀਂ ਮੈਨੂੰ ਸ਼ੁਰੂ ਕਰਦੇ ਹੋ ਕਹਿੰਦੇ ਬੜਾ ਲੰਬਾ ਤਜਰਬਾ ਮੈਨੂੰ ਐ ਲੱਗਦਾ ਮੈਨੂੰ ਤੁਸੀਂ ਦੱਸਣਾ ਚਾਹੁੰਦੇ ਚੋਰ ਦੀ ਮਾਂ ਕੋਠੀ ਚ ਮੂੰਹ ਨਹੀਂ ਸਰ ਇਹ ਗੱਲ ਨਹੀਂ ਇਹ ਗੱਲ ਨਹੀਂ ਕਿਹਾ ਮੈਂ ਤੁਹਾਡੀ ਬਰਗ ਵਰਗੀ ਸਫੈਦ ਦਾੜੀ ਤੇ ਉਮਰ ਉਹਦੇ ਲਿਹਾਣ ਨਾਲ ਤਜਰਬੇ ਦੀ ਗੱਲ ਕਰਦਾ ਇੱਕ ਕਹਾਣੀ ਇਹ ਹੈ ਇਹ ਪੰਜਾਬੀ ਖਾਨ ਹੈ ਚੋਰ ਦੀ ਮਾਂ ਕੋਠੀ ਚ ਮੂੰਹ ਵੀ ਉਹ ਚਾਹੇ ਸ਼ਰਮਾਉਂਦੀ ਹੈ ਸ਼ਰਮਿੰਦਾ ਹੁੰਦੀ ਹੈ ਉਹਦਾ ਪੁੱਤ ਚੋਰ ਹੈ ਤਾਂ ਇੱਕ ਕਹਾਣੀ ਹੈ ਭਾਜੀ ਚੋਰ ਕੁੱਤੀ ਰੜੇ ਹੈ ਤੇ ਇਹਦਾ ਹੱਲ ਜਿਹੜਾ ਇਹ ਜਿੰਨੀ ਦੇਰ ਚੋਰ ਕੁੱਤੀ ਦਾ ਗਠ ਜੋੜ ਬਣਿਆ ਇਹ ਬਣ ਰਹਿਣਾ ਮੈਂ ਫੇਰ ਰਿਪੀਟ ਕਰਦਾ ਇਹਦਾ ਮੇਰੇ ਸਿਸ ਹਿਸਾਬ ਦੇ ਨਾਲ ਜਿਹੜਾ ਹੱਲ ਮੇਰੇ ਨਜ਼ਰ ਆਉਂਦਾ ਉਹ ਇਹ ਆਉਂਦਾ ਹੈ ਕਿ ਅਕਾਉਂਟੇਬਿਲਟੀ 35 ਸਾਲ ਤੱਕ ਮੈਂ ਲਾ ਲਏ ਨਾ 40 ਲਾ ਲਏ ਹੋਣੇ ਤੇ ਉਸ ਹਿਸਾਬ ਨਾਲ ਇਹ ਅਕਾਉਂਟੇਬਿਲਟੀ ਪਤਾ ਨਹੀਂ ਹਰ ਕਿ ਮੂਨੇ ਬਾਦ ਇੱਕ ਚਿੱਠੀ ਨਿਕਲਦੀ ਹੈ ਅਕਾਉਂਟੇਬਿਲਟੀ ਜਨਾਬ ਹੁਣ ਇੱਕ ਸਟੇਜ ਆ ਗਈ ਹੈ ਕਿ ਛੋਟੇ ਚੋਰਾ ਨੂੰ ਬਿਊਰੋਕਰੇਟਸ ਨੂੰ ਪੁਲਿਸ ਨੂੰ ਐਗਰੀਕਲਚਰ ਵਾਲਿਆਂ ਨੂੰ ਤੇ ਸਮੀਦ ਮਰੇ ਸ਼ਾ ਜਿੱਥੇ ਹੈ ਡਾਇਰੈਕਟਰ ਲੈਵਲ ਦੇ ਬੰਦਿਆਂ ਨੂੰ ਉਹਨਾਂ ਨੂੰ ਪੁੱਛਣ ਪਛਾਉਣ ਦੀ ਬਜਾਏ ਉਹਨਾਂ ਦੀ ਅਕਾਉਂਟੇਬਿਲਟੀ ਦੀ ਬਜਾਏ ਹੁਣ ਸਰਕਾਰ ਨੂੰ ਅਕਾਉਂਟੇਬਲ ਕਰੋ ਓਕੇ ਹਾਂ ਜਿੰਨੀ ਦੇਰ ਤੁਸੀਂ ਚੋਰ ਦੀ ਮਾਂ ਨੂੰ ਨਹੀਂ ਨਾ ਫੜਦੇ ਤੇ ਚੋਰ ਜੰਮਣੋਂ ਨਹੀਂ ਹਟਣੇ ਉਹ ਕਿ ਸਿੱਧੂ ਸਾਹਿਬ ਤੁਸੀਂ ਬੜਾ ਵੱਡਾ ਸਵਾਲ ਖੜਾ ਕੀਤਾ ਹੈ ਲਲਕੁਰਾ ਜੀ ਮੈਂ ਤੁਹਾਡੇ ਹੋਰ ਕਿਸੇ ਮੁੱਦੇ ਤੇ ਗੱਲ ਕਰਨ ਤੋਂ ਪਹਿਲਾਂ ਜੋ ਸਿੱਧੂ ਸਾਹਿਬ ਨੇ ਕੁਐਸਚਨ ਰੇਜ਼ ਕੀਤਾ ਹੈ ਉਹ ਬੜਾ ਇੰਪੋਰਟੈਂਟ ਹੈ ਕਿ ਪੋਲੀਟੀਕਲ ਤੌਰ ਤੇ ਜਿਸ ਤਰ੍ਹਾਂ ਫੋਰਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਸਵਾਲ ਇਹ ਵੀ ਹੈ ਕਿ ਕੀ ਜਿਹੜੀ ਸਿਖਰ ਤੇ ਜਿਹੜੀ ਇੱਕ ਪੋਲੀਟੀਕਲ ਸਿਸਟਮ ਬੈਠਾ ਸੈਟਅਪ ਹੈ ਉਹਦੀ ਰਿਸਪੌਂਸਿਬਿਲਟੀ ਫਿਕਸ ਕਰਨ ਦੀ ਲੋੜ ਹੈ ਜਾਂ ਪੋਲੀਟੀਕਲ ਤਰ੍ਹਾਂ ਇਸੇ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਰਹਿਣ ਦੀਆਂ ਆਪਣੀਆਂ ਦੇਖੋ ਲੋ ਪਹਿਲੀ ਗੱਲ ਤਾਂ ਲੋਕਾਂ ਨੂੰ ਜਾਗਰਤ ਹੋਣ ਦੀ ਲੋੜ ਹੈ ਦੇਖਣ ਕਿ ਜੇ ਸਾਡੇ ਇਹ ਜੋ ਕੁਝ ਬੇਇਨਸਾਫੀ ਹੋ ਰਹੀ ਹੈ ਜੋ ਮਾਈਨਿੰਗ ਹੋ ਰਹੀ ਹੈ ਜੋ ਕੁਝ ਇਲੀਗਲ ਸਾਰਾ ਕੰਮ ਹੋ ਰਿਹਾ ਇਹ ਸਾਰੇ ਇਹਨਾਂ ਦੀ ਮਰਜ਼ੀ ਨਾਲ ਹੋ ਰਿਹਾ ਆਪਣਾ ਚੰਗਾ ਐਮਐਲਏ ਚੁਣ ਦੇਖਣਾ ਆਪਣੇ ਵਿੱਚੋਂ ਚੁਣ ਪਾਰਟੀਆਂ ਦੇ ਪਿੱਛੇ ਨਾ ਜਾਣ ਫਿਰ ਕੁਝ ਨਾ ਕੋਈ ਸੁਧਾਰ ਹੋ ਸਕਦਾ ਦੂਜੀ ਗੱਲ ਹੈ ਸਿਸਟਮ ਇੱਥੇ ਪਹੁੰਚ ਗਿਆ ਸਿਪਾਈ ਦੀ ਪੋਸਟਿੰਗ ਵੀ ਪੈਸੇ ਦੇ ਕੇ ਹੁੰਦੀ ਹੈ ਥਾਣੇਦਾਰ ਤਾਂ ਵੱਡੀ ਗੱਲ ਹੈ ਤੇ ਜਿਹੜੇ ਜ਼ਿਲ੍ਹਿਆਂ ਦੇ ਕਮਾਂਡਰ ਲੱਗਦੇ ਆ ਉਹਨਾਂ ਨੂੰ ਵੀ ਕੋਈ ਨਾ ਕੁਝ ਲੈਣਾ ਦੇਣਾ ਪੈਂਦਾ ਤੇ ਹਾਲਤ ਇਹ ਆ ਵੀ ਸਰਕਾਰ ਜੇ ਚਾਵੇ ਤੇ ਜਿਹੜਾ ਬੰਦਾ 1989 ਚ ਜਾਂ 87 ਤੋਂ ਨੌਕਰੀ ਕਰ ਰਿਹਾ ਡੀਐਸਪੀ ਦੀ ਤੇ ਉਹਨੂੰ ਇੱਕ ਬੰਦਾ ਜਿਹੜਾ 1992 ਚ ਭਰਤੀ ਹੁੰਦਾ ਜਾਂ 91 ਚ ਜਾਂ 94 ਚ ਭਰਤੀ ਹੁੰਦਾ ਉਹਦੇ ਥੱਲੇ ਲਾ ਦਿੰਦੇ ਵੀ ਇਹ 99 ਵਾਲੇ ਦਾ ਜੀ ਅਸੀਂ 44 ਚ ਭਰਤੀ ਕਰਨ ਦਾ ਮੰਡਲ ਹੈ ਹਾਂਜੀ ਤੇ ਜਿਹੜੀ ਉੱਤੇ ਬਿਊਰੋਕ੍ਰੇਸੀ ਬੈਠੀ ਉਹ ਵੀ ਮੋਹਰ ਲਾ ਦਿੰਦੀ ਹੈ ਵੀ ਠੀਕ ਹੈ ਹਾਂਜੀ ਉਹ ਗੱਲ ਹੈ ਕਿ ਕਦੇ ਜ਼ਿੰਮੇਵਾਰ ਹੈ ਇਸ ਗੱਲ ਦਾ ਨਹੀਂ 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 ਜੀ ਜੀ ਸਿੱਧੀ ਸਾਹਿਬ ਦੇ ਲੈਵਲ ਦਾ ਮੇਰਾ ਮਤਲਬ ਕਿ ਇਹਨਾਂ ਦੇ ਸਿਸਟਮ ਦੀ ਗੱਲ ਕਰ ਰਿਹਾ ਗੱਲ ਇਹ ਹੈ ਸਿੱਧਾ ਜਾਤੀ ਨਹੀਂ ਮੈਂ ਸਿਸਟਮ ਦੀ ਗੱਲ ਕਰ ਰਿਹਾ ਗੱਲ ਇਹ ਹੈ ਵੀ ਸਿਸਟਮ ਪੱਕੇ ਜ਼ਿੰਮੇਵਾਰ ਮੈਂ ਤੁਸੀਂ ਮੈਨੂੰ ਵੀ ਚੁੱਕੜੀ ਹੋ ਜਾਣੇ ਆਂ ਪਾਰਟ ਆਫ ਸਿਸਟਮ ਕ੍ਰੇਸੀ ਇਹਨਾਂ ਤੋਂ ਆਸ ਹੁੰਦੀ ਹੈ ਵੀ ਇਨਸਾਫ ਕਰਨ ਲੇਕਿਨ ਇਹ ਇੰਨੇ ਬੁਝਦਲ ਹੋ ਗਏਗਾ ਮੈਂ ਤਾਂ ਆਈ ਵੁੱਡ ਯੂਜ਼ ਦੈਟ ਵਰਡ ਮੇਰਾ ਤਜਰਬਾ ਇਹ ਨਾਲ ਲਗਾ ਕਿ ਇਹ ਸਾਜ ਨੂੰ ਸੱਚ ਕਹਿਣ ਤੋਂ ਡਰਦੇ ਆ ਨਹੀਂ ਜੀ ਸਾਨੂੰ ਤਾਂ ਜੀ ਫਲਾਣੇ ਨੂੰ ਟੈਲੀਫੋਨ ਕਰਾ ਦਿਓ ਸਾਨੂੰ ਫਲਾਣੇ ਨੂੰ ਟੈਲੀਫੋਨ ਕਰਾ ਦਿਓ ਫਿਰ ਤੁਹਾਨੂੰ ਤੁਸੀਂ ਇੱਥੇ ਕਿਉਂ ਬੈਠੇ ਹੋ ਸੋ ਮੈਂ ਤਾਂ ਡਿਪਟੀ ਕਮਿਸ਼ਨਰਾਂ ਨੂੰ ਤੇ ਐਸਐਸਪੀ ਨੂੰ ਮინისტრਾਂ ਦੇ ਪੈਰੀਂ ਹੱਥ ਲਾਉਂਦੇ ਦੇਖਿਆ ਔਰ ਉਹਨਾਂ ਨੂੰ ਗਾਲਾਂ ਕੱਢ ਰਿਹਾ ਸੀ ਇਨ ਮਾਈ ਪ੍ਰੈਜੈਂਸ ਤੇ ਮੈਨੂੰ ਬੜੀ ਸ਼ਰਮ ਆਈ ਵੀ ਯਾਰੇ ਕੱਲ ਨੂੰ ਮੇਰੇ ਕੋਲ ਵੀ ਇਹੀ ਗੱਲ ਹੋਣੀ ਹੈ ਸੋ ਇਹ ਜਿਹੜਾ ਸਿਸਟਮ ਕੋਲਾਪਸ ਹੋ ਗਿਆ ਇਹ ਗਵਰਨਮੈਂਟ ਦੇ ਕਰ ਦਿੰਦਾ ਔਰ ਗਵਰਨਮੈਂਟ ਦਾ ਤੇ ਪੁਲਿਸ ਦਾ ਤੇ ਕ੍ਰਿਮਿਨਲ ਦਾ ਇਹ ਨੈਕਸਸ ਹੈ ਜਦੋਂ ਤੱਕ ਲੋਕ ਸੁਚੇਤ ਨਹੀਂ ਹੋਣਗੇ ਇਹ ਨੈਕਸਸ ਟੁੱਟ ਨਹੀਂ ਸਕਦਾ ਜੇ ਅੱਜ ਆਪਾਂ ਸੁਧਾਰ ਦੀ ਗੱਲ ਕਰੀਏ ਨਾ ਤੇ ਅੱਜ ਸ਼ੁਰੂ ਕਰੀਏ ਤਾਂ 30 ਸਾਲ ਬਾਅਦ ਰਿਜ਼ਲਟ ਆਉਣਗੇ ਉਹ ਕਿ ਸਿੱਧੂ ਸਾਹਿਬ ਸਿੱਧੂ ਜੀ ਕਹਿਣਾ ਚਾਹੁੰਦੇ ਕਿ ਇਸ ਵਾਰ ਸਾਡੀ ਖਰਾਬ ਹੋ ਚੁੱਕੀ ਉਹ ਇਹਨਾਂ ਨੇ ਗੱਲ ਕੀਤੀ ਹੈ ਨਾ ਸਾਡੇ ਵਿੱਚ ਇੱਕ ਹੋਰ ਬੜਾ ਵੱਡਾ ਨੁਕਸ ਹੈ ਉਹ ਨੁਕਸ ਇਹ ਹੈ ਵੀ ਇੱਕ ਪਹਿਲਾ ਤਰਖਾਨ ਚੰਗੀ ਲੱਕੜ ਘਰ ਦਿੰਦਾ ਇਥੇ ਲੱਕੜ ਨੂੰ ਪਬਲਿਕ ਸਮਝੇ ਲੋ ਉਸ ਤੋਂ ਬਾਅਦ ਇੱਕ ਮੇਰੇ ਵਰਗਾ ਡੀਸੀ ਆ ਜਾਂਦਾ ਉਹ ਫਿਰ ਉਹਨੂੰ ਐ ਲੱਕੜ ਦਾ ਫੜ ਜਾ ਦੇ ਕੇ ਫਿਰ ਆਪਣੇ ਸੱਕ ਲਾਉਂਦਾ ਹੁੰ ਰਿਹਾ ਹੈ ਕਿ ਚੰਗੇ ਬੰਦੇ ਹਰ ਥਾਂ ਤੇ ਹੈਗੇ ਪੋਲਿਟਿਕਸ 'ਚ ਵੀ ਹੈ ਪੁਲਿਸ 'ਚ ਵੀ ਹੈ ਸਿਵਲ 'ਚ ਵੀ ਹੈ ਜਰਨਲਿਜ਼ਮ 'ਚ ਵੀ ਹੈਗੇ ਲੋਪਸ ਤੁਸੀਂ ساری ਉਮਰ ਜਰਨਲਿਸਟ ਹੋ ਧੰਨਵਾਦ ਤੁਸੀਂ ਇੰਨਾ ਕਿ ਤਿਆਰ ਰੱਖੋਗੇ ਅੱਛਾ ਜੀ ਤੇ ਸਾਡੀ ਇੱਕ ਪਰ ਕਮਜ਼ੋਰੀ ਬੜੀ ਆ ਗਈ ਕਿ ਅਸੀਂ ਇਹ ਨਹੀਂ ਮੰਨਦੇ ਬਈ ਮੇਰੇ ਵੇਲੇ ਵੀ ਇਹ ਮਾੜਾ ਕੁਝ ਹੁੰਦਾ ਰਿਹਾ ਸ੍ਰੀ ਲਾਲਪੁਰਾ ਸਾਹਿਬ ਨੇ ਇੱਕ ਬੜੀ ਸ਼ੁਰੂ ਜੇ ਵਧੀਆ ਗੱਲ ਕੀਤੀ ਇੱਕ ਇਮਾਨਦਾਰ ਅਫਸਰ ਬਹੁਤ ਵਧੀਆ ਗੱਲ ਹੈ ਪਰ ਜੇ ਉਹ ਇਮਾਨਦਾਰ ਅਫਸਰ ਇਫੈਕਟਿਵ ਨਹੀਂ ਹੈ ਸਿਸਟਮ ਨੂੰ 모ੜਾ ਨਹੀਂ ਪਾ ਸਕਦਾ ਉਹ ਨਹੀਂ ਜ਼ਿੰਮੇਵਾਰ ਹੈ ਜੀ ਜੀ ਤਾਂ ਮੈਂ ਉਸ ਕੈਟੇਗਰੀ ਚ ਆਉਣਾ ਹੈ ਇਸ ਲਈ ਜੋ ਤੁਸੀਂ ਕਹਿੰਦੇ ਉਹਨਾਂ ਨੂੰ ਤਾਂ ਕੱਢ ਲੋ ਤੇ ਮੈਂ ਕਹਿੰਦਾ ਨਹੀਂ ਪਾਰਟ ਆਫ ਸਿਸਟਮ ਮੈਨੂੰ ਕਿਉਂ ਕੱਢ ਲਵਾਂ ਉਹ ਕਿ ਸਰ ਸਿਸਟਮ ਦੀ ਜ਼ਿੰਮੇਵਾਰੀ ਤਲੋsin ਦੀ ਇੱਕ ਸਵਾਲ ਜਿਹੜਾ ਅਸਲੇ ਖੜਾ ਹੋਇਆ ਆਣ ਕੇ ਕਿ ਗੱਲ ਹੈ ਕਿ ਆਪਸੀ ਦੀ ਮਿਲਗੋਬੀ ਦੀ ਚਾਹੇ ਪੁਲਿਸ ਹੈ ਚਾਹੇ ਸਿਵਲ ਹੈ ਚਾਹੇ ਪੋਲੀਟੀਸ਼ੀਅਨ ਹੈ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਇੱਕ ਇਸ ਤਰ੍ਹਾਂ ਦਾ ਮਿਲਗੋਬਾ ਹੋ ਗਿਆ ਕਿ ਜਦੋਂ ਵੀ ਇਲੈਕਸ਼ਨ ਆਉਂਦੀਆਂ ਜਿਵੇਂ 20 ਸਭ ਪੁਲਿਸ ਦਾ ਇੱਕ ਵੱਡਾ ਗਰੁੱਪ ਕੈਪਟਨ ਮਰਿੰਦਰ ਕੋਲੇ ਜਾਏਗਾ ਕਿ ਅਸੀਂ ਤੈਨੂੰ ਪਾਵਰਸ ਲੈ ਕੇ ਆਵਾਂਗੇ ਇੱਕ ਦੂਜਾ ਗਰੁੱਪ ਆ ਜਿਹੜਾ ਕਹੇਗਾ ਫਿਕਰ ਨਾ ਕਰੋ ਤੀਜੀ ਵਾਰ ਜਿਹੜਾ ਅਕਾਲੀ ਦਲ ਦੀ ਧਿਰ ਆਏਗੀ ਇਹ ਲੱਗਦਾ ਨਹੀਂ ਕਿ ਸਾਰਾ ਜਿਹੜਾ ਹੈਗਾ ਠੇਕੇਦਾਰੀ ਵਾਲਾ ਇਹ ਸਿਸਟਮ ਹੋਗਾ ਕਿ ਅਸੀਂ ਤੁਹਾਨੂੰ ਲੈ ਕੇ ਆਉਨੇ ਆ ਬਾਈ ਸਾਨੂੰ ਖੁੱਲੀਆਂ ਵਾਗਾਂ ਦਿਓ ਲਾਲਪੁਰਾ ਸਾਹਿਬ ਨੇ ਬੜਾ ਸਪਸ਼ਟ ਕਰਤਾ ਵੀ ਇੱਕ ਕਾਂਸਟੇਬਲ ਨੂੰ ਵੀ ਜਦੋਂ ਕਿਤੇ ਅਪਾਇੰਟ ਕਰਨਾ ਮੈਰਿਟ ਨਹੀਂ ਦੇਖਣੀ ਇਹ ਲੰਬਾ ਕਿੰਨਾ ਇਹ ਛੋਟਾ ਕਿੰਨਾ ਇਹ ਕਰਪਟ ਕਿੰਨਾ ਇਹ ਇਮਾਨਦਾਰ ਕਿੰਨਾ ਜਦੋਂ ਸਿਦੂ ਸਾਹਿਬ ਇੱਕ ਕਾਂਸਟੇਬਲ ਨੂੰ ਵੀ ਇਹਨਾਂ ਨੇ ਆਪਣੇ ਢੰਗ ਨਾਲ ਪੁਆਇੰਟ ਕਰਨਾ ਤੇ ਉਸ ਤੋਂ ਬਾਅਦ ਡੀਜੀਪੀ ਡੀਆਈਡੀ ਆਈਜੀ ਇਹ ਜਿਹੜੇ ਸਾਰੀਆਂ ਟੌਪ ਦੀਆਂ ਪੋਸਟਾਂ ਨੇ ਤੁਹਾਡੇ ਗੱਲ ਬਿਲਕੁਲ ਠੀਕ ਹੈ ਲਾਸਟ ਟਾਈਮ ਵੀ ਇਦਾਂ ਹੀ ਹੋਇਆ ਸੀ ਵੀ ਉਹ ਰੋਲਾ ਪੈ ਗਿਆ ਕੈਪਟਨ ਸਾਹਿਬ ਆ ਰਹੇ ਕੈਪਟਨ ਸਾਹਿਬ ਆ ਰਹੇ ਕਈ ਵਿਚਾਰੇ ਮਾਤੜ ਉਹਨਾਂ ਨੂੰ ਸਮਝ ਨਾ ਆਈ ਉਹ ਜਾ ਕੇ ਉਹਨਾਂ ਦੇ ਪੈਰਾਂ 'ਚ ਪੈ ਗਏ ਕੋਕੋਦਾ ਤੇ ਬਾਦਲ ਸਾਹਿਬ ਆ ਗਏ ਤੇ ਉਹ ਫਿਰ ਐਂਡ ਤੱਕ ਨੁਕਰੇ ਲੱਗੇ ਰਹੇ ਤਾਂ ਕਈ ਨੁਕਰੇ ਲੱਗੇ ਰਿਟਾਇਰ ਹੋ ਗਏ ਸੋ ਖਾਸ ਕਰਕੇ ਪੁਲਿਸ 'ਚ ਜੀ ਜੀ ਪੁਲਿਸ 'ਚ ਪੂਰੀ ਢੜੇਬੰਦੀ ਹੈ ਇਹ ਕਾਂਗਰਸ ਦਾ ਬੰਦਾ ਹੈ ਕੈਪਟਨ ਦਾ ਬੰਦਾ ਹੈ ਇਹ ਇਹ ਫਲਾਣੀ ਪਾਰਟੀ ਦਾ ਬੰਦਾ ਬਿਲਕੁਲ ਹੁਣ ਫਿਰ ਸਫਬੰਦੀਆਂ ਹੋ ਰਹੀਆਂ ਨੇ ਹੁਣ ਇੱਕ ਤੀਜੀ ਧਿਰ ਆਪ ਵੀ ਆ ਗਈ ਆ ਕਾਂਗਰਸ ਹੈ ਹੁਣ ਅਫਸਰ ਜਿਹੜੇ ਨਾ ਅਮ ਵਾਲਿਆਂ ਦਾ ਸ਼ਾਇਦ ਜਪਰੀ ਦੇ ਜਿਹੜੇ ਬੰਦੇ ਨਾਮ ਬਣੇ ਹੋਵੇ ਕੋਈ ਮੌਕਾ ਨਹੀਂ ਮਿਲਦਾ ਸਤਾ ਜਾਉਂਦਾ ਨਹੀਂ ਹੋ ਸਕਦਾ ਆ ਬਿਲਕੁਲ ਠੀਕ ਤੁਹਾਡੀ ਗੱਲ ਪਰ ਉਹ ਹੁਣ ਐਨਲਿਸਿਸ ਕਰ ਰਿਹਾ ਹੈ ਵੀ ਹੁਣ ਆਪਾਂ ਕਿਹਦੀ ਖੁਸ਼ਾਮਦੀ ਸ਼ੁਰੂ ਕਰੀਏ ਕਿਉਂਕਿ ਡੈਂਪ ਥੋੜਾ ਰਹਿ ਗਿਆ ਬਿਲਕੁਲ ਉਹ ਹੁਣ ਲੱਗੇ ਪਏ ਨੇ ਵੀ ਉਹਦੇ ਮੁਤਾਬਕ ਹੀ ਸਾਨੂੰ ਸੀਟਾਂ ਮਿਲਣੀਆਂ ਉੱਪਰ ਲਈ ਥੱਲੇ ਲਈ ਤੇ ਇਹ ਜੁੜੇ ਨਹੀਂ ਨੇ ਸਾਰੇ ਇੱਕ ਦੂਜੇ ਨਾਲ ਜੁੜੇ ਨੇ ਓਕੇ ਰਲਬਰਸ ਜੀ ਜੇ ਅਪਾ ਪਰਫਾਰਮੈਂਸ ਦੀ ਗੱਲ ਕਰਦੇ ਹਾਂ ਇੱਕ ਹੋਰ ਅਹਿਮ ਸਵਾਲ ਜਿਹੜਾ ਹੈਗਾ ਮੈਂ ਐਨਆਰਆਈ ਦੇ ਮੁੱਦੇ ਤੇ ਜ਼ਰੂਰ ਪੁੱਛਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਕਿ ਐਨਆਰਆਈ ਥਾਣੇ ਕਾਇਮ ਕਰ ਦਿੱਤੇ ਗਿਆ ਉਹਦੇ ਨਾਲ ਐਨਆਰਆਈ ਨੂੰ ਜਿਹੜੇ ਪ੍ਰਵਾਸੀ ਪੰਜਾਬੀ ਹੈ ਉਹਨਾਂ ਨੂੰ ਇਨਸਾਫ ਮਿਲੇਗਾ ਤੁਹਾਨੂੰ ਲੱਗਦਾ ਹੈ ਕਿ ਥਾਣੇ ਕਾਇਮ ਕਰਨ ਦੇ ਨਾਲ ਪ੍ਰਵਾਸੀ ਪੰਜਾਬੀਆਂ ਨੂੰ ਇਨਸਾਫ ਮਿਲਣ ਲੱਗਿਆ ਹੈ ਜੇ ਤਾਂ ਸਪਸ਼ਟ ਹੈਗਾ ਤੇ ਨਹੀਂ ਮਿਲਦਾ ਗੱਲ ਇਹ ਹੈ ਕਿ ਇਹ ਅਸੀਂ 1996 ਸ਼ੁਰੂ ਕੀਤਾ ਸੀ ਮਿਸਟਰ ਓਪੀ ਸ਼ਰਮਾ ਡੀਜੀਪੀ ਸੀ ਅਸੀਂ ਸਿਰਫ ਐਨਆਰਆਈਜ਼ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਸੀ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਆਓ ਤੇ ਤੁਹਾਡੇ ਨਾਲ ਕੋਈ ਜਿਆਦਤੀ ਨਹੀਂ ਹੋਏਗੀ ਤੁਸੀਂ ਆ ਸਕਦੇ ਆ ਉਹਦੇ ਲਈ ਐਨਆਰਆਈ ਹੈਲਪਲਾਈਨਸ ਵੀ ਬਣਾਈਆਂ ਸੀਗੀਆਂ ਓਪੀ ਸ਼ਰਮਾ ਸਾਹਿਬ ਬਦਲ ਗਏ ਉਹ ਗੱਲ ਖਤਮ ਹੋ ਗਈ ਉਹ ਫਿਰ ਸਿਵਲ ਐਡਮਿਨਿਸਟ੍ਰੇਸ਼ਨ ਨੇ ਸ਼੍ਰੀ ਵਾਸਤਵਾ ਸਾਹਿਬ ਨੇ ਉਸ ਸਾਂਭ ਲਈ ਨੰਬਰਦਾਰੀ ਗੱਲ ਇਹ ਹੈ ਕਿ ਇਹ ਲੋਕਾਂ ਦਾ ਬੇਵਕੂਫ ਬਣਾਉਣ ਵਾਲੀ ਗੱਲ ਹੈ ਐਨ ਆਰ ਆਈ ਜਿਹੜੇ ਆ ਇਹ ਸਾਡੇ ਨੂੰ ਵੀ ਹੁਣ ਵੀ ਮਿਲਦੇ ਆ ਔਰ ਗੱਲਾਂ ਕਰਦੇ ਆ ਤੇ ਇਨਸਾਫ ਤਾਂ ਕਿਸੇ ਨੂੰ ਮਿਲਦਾ ਨਹੀਂ ਉਸ ਉਹੀ ਪੁਲਿਸ ਦੂਜੇ ਥਾਣਿਆਂ 'ਚ ਹੈ ਉਹੀ ਬਦਲ ਕੇ ਐਨ ਆਰ ਆਈ ਬਣ ਜਾਂਦੀ ਹੈ ਤੇ ਇਨਸਾਫ ਕਿੱਥੋਂ ਮਿਲਣਾ ਗੱਲ ਇਹ ਆ ਕਿ ਜੇ ਬਾਹਰ ਜਾ ਕੇ ਇਹ ਜਿਹੜੇ ਬੰਦੇ ਗੱਲਾਂ ਕਰਦੇ ਆ ਪੋਲਿਟੀਸ਼ੀਅਨ ਆਪਾਂ ਇਹਨਾਂ ਦੀਆਂ ਗੱਲਾਂ 'ਚ ਆਈਏ ਨਾ ਇਹਨਾਂ ਨੂੰ ਘਟੋ ਘਟ ਉੱਥੇ ਅਕਾਊਂਟੇਬਲ ਕਰੀਏ ਕਿ ਫਲਾਣਾ ਕ੍ਰਾਈਮ ਹੋਇਆ ਸੀ ਤੇ ਤੁਸੀਂ ਤਾਂ ਕ੍ਰਿਮੀਨਲ ਦੀ ਮਦਦ ਕੀਤੀ ਉਹ ਕਿ ਤੁਹਾਡਾ ਤੁਹਾਡਾ 뷰ਪੁਆਇੰਟ ਆ ਗਿਆ ਤੁਹਾਨੂੰ ਜਿਸ ਮੁੱਦੇ ਤੇ ਮੈਂ ਤੁਹਾਡੇ ਕੋਲੋਂ ਵੀ ਜਰੂਰ ਜਾਣਨਾ ਚਾਹਾਂਗਾ ਤੁਸੀਂ ਪ੍ਰੋਫੈਸ਼ਨ ਦੇ ਵਿੱਚ ਵੀ ਇਸ ਚੀਜ਼ ਨੂੰ ਬੜਾ ਲੰਮਾ ਕਵਰ ਕਰਦੇ ਹੈਗੇ ਹੋ ਕਿਹੜੇ ਐਨਆਰਈ ਦੀ ਖਾਸ ਤੇ ਪ੍ਰਵਾਸੀ ਪੰਜਾਬੀ ਉਹਨਾਂ ਦੀ ਸਮੱਸਿਆ ਹੈਗੀ ਹੈ ਥਾਣੇ ਵੀ ਕੰਮ ਕਰ ਦਿੱਤੇ ਜਿਹੜਾ ਪ੍ਰਪਾਗੈਂਡਾ ਵੀ ਹੋਇਆ ਇਸ ਗੱਲ ਦਾ ਕਿ ਵੀ ਅਸੀਂ ਪੁਲਿਸ ਨੇ ਇੱਕ ਵੱਖਰਾ ਸਿਸਟਮ ਖੜਾ ਕਰਤਾ ਕਿੰਨਾ ਕੁ ਲੱਗਦਾ ਇਹਦੇ ਨਾਲ ਬੈਨੀਫਿਟ ਹੋਇਆ ਬਹੁਤ ਦੇ ਨਾਲ ਥੋੜਾ ਜਿਹਾ ਇਹ ਬੈਨੀਫਿਟ ਜ਼ਰੂਰ ਹੋਇਆ ਵੀ ਅ ਐਨਆਰਆਈ ਨੂੰ ਪਤਾ ਲੱਗ ਗਿਆ ਵੀ ਇਹ ਸਾਡਾ ਸਪੈਸ਼ਲ ਥਾਣਾ ਤੇ ਉੱਥੋਂ ਦਾ ਐਸਐਚਓ ਜਾਂ ਉੱਥੋਂ ਦਾ ਜਿਹੜਾ ਡੀਐਸਪੀ ਹੈ ਉਹ ਇਹ ਬਹਾਨਾ ਨਹੀਂ ਮਾਰਦਾ ਹੋਊਗਾ ਵੀ ਅੱਜ ਮੈਨੂੰ ਲੈਂਡ ਆਰਡਰ ਦੀ ਕੋਈ ਆ ਗਈ ਡਿਊਟੀ ਆ ਗਈ ਜਾਂ ਅੱਜ ਮੈਂ ਹੋਰ ਮਾਮਲੇ 'ਚ ਵਧੀ ਆ ਤੇ ਇਹ ਹੋ ਸਕਦਾ ਵੀ ਸ਼ਾਰਟ ਉਹਨੂੰ ਜਲਦੀ ਉਹਦੀ ਸੁਣਵਾਈ ਹੋਈ ਹੋਵੇ ਪਰ ਜਿਵੇਂ ਗੱਲ ਤੇ ਫਿਰ ਉੱਥੇ ਮਾਨਸਿਕਤਾ ਤੇ ਆ ਜਾਂਦੀ ਨਾ ਜੇ ਪੁਲਿਸ ਦੀ ਮਾਨਸਿਕਤਾ ਬਦਲਾਂਗੇ ਜੀ 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 ਬੀ ਉਹ ਲੱਭੂਗਾ ਤਾਂ ਇਨਸਾਫ ਤਾਂ ਦਵਾਂਗੇ ਤੇ ਫਿਰ ਤਾਂ ਬੀ ਐਨ ਆਰ ਆਏ ਇਹਦੇ ਚੇਚੋ ਡਾਲ ਕੇ ਗਿਲਦੇ ਗਿਰਦੇ ਕਿ ਨਹੀਂ ਗਿਰਦੇ ਸਿੱਧੂ ਦਾ ਲਾਸਟ ਕਮੈਂਟ ਇਸੇ ਤੇ ਜੀ ਜੋ ਤੁਸੀਂ ਪੁਲਿਸ ਦੇ ਪਰਫਾਰਮੈਂਸ ਦੇ ਬਾਰੇ ਗੱਲ ਕੀਤੀ ਹੈ ਨਾ ਜਿਹੜੇ ਐਨ ਆਰ ਆਏ ਉਹ ਸਾਡੇ ਹੀ ਪੈਣ ਪਾਈ ਹੈ ਤੇ ਅਸੀਂ ਇੱਥੇ ਬੈਠੇ ਆਂ ਫਸਕੋ ਮੇਰਾ ਸਮਾਂ 1970 ਤੋਂ ਸ਼ੁਰੂ ਹੁੰਦਾ ਹੈ ਬਿਲਕੁਲ ਸੰਖੇਪ ਚ ਮੈਂ ਦੱਸਣਾ ਚਾਹੁੰਦਾ ਹਾਂ 1970 ਤੋਂ ਸ਼ੁਰੂ ਹੁੰਦਾ ਹੈ ਉਸ 1970 ਤੋਂ 2000 ਤੱਕ ਦਾ 30 ਸਾਲਾਂ ਦਾ ਜੇ ਤੁਸੀਂ ਦੇਖੋ ਕਿੰਨੇ ਅਫਸਰ ਫੋਰਨ ਗਏ ਸੀ ਤੇ ਹੁਣ ਦੇਖੋ ਸਾਡੀ ਐਨ ਆਰ ਆਈ ਕਰਕੇ ਪਤਾ ਨਹੀਂ ਬਾਹਰ ਠਹਿਰਾ ਬਣ ਗਈਆਂ ਜਾਂ ਹੋਰ ਕਾਰਨ ਹੈ ਕਿਹੜਾ ਅਫਸਰ ਹੈ ਜਿਹੜੀ ਹੁਣ ਬਾਹਰ ਠਹਿਰ ਨਹੀਂ ਤੇ ਬਾਹਰ ਉਹ ਸ਼ਾਪਿੰਗ ਐਨ ਆਰ ਆਈ ਦੇ ਸਿਰ ਤੇ ਨਹੀਂ ਕਰਕੇ ਆਉਂਦਾ ਓਕੇ ਓਕੇ ਮੈਂ ਤਾਂ ਇਹ ਗੱਲ ਇਸ ਤਰ੍ਹਾਂ ਕਹਾਂਗਾ ਓਕੇ ਓਕੇ ਸੋ ਸੋ ਥੈਂਕ ਯੂ ਵੈਰੀ ਮਚ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਪੁਲਿਸ ਦੀ ਕਾਰਗੁਜ਼ਾਰੀ ਤੇ ਦੋ ਪੜਾਵੀ ਚਰਚਾ ਕੀਤੀ ਹੈ ਕਾਜ਼ ਦੌਰ ਦੇ ਬਹਿਸ ਦੇ ਦੌਰਾਨ ਜਿਹੜੀ ਗੱਲ ਉੱਪਰ ਕੇ ਸਾਹਮਣੇ ਆਈ ਹੈ ਕਿ ਕੋਈ ਵੀ ਜਿਹੜੀ ਪੁਲਿਸ ਫੋਰਸ ਹੈ ਉਹ ਲੋਕਾਂ ਦੀ ਰਖਵਾਲੀ ਲਈ ਤੇ ਉਹਨਾਂ ਦੀ ਪ੍ਰੋਸੇਜੋਗਤਾ ਲਈ ਹੁੰਦੀ ਹੈ ਪਰ ਇਹ ਗੱਲ ਵੀ ਸਪਸ਼ਟ ਹੈ ਕਿ ਲੋਕਾਂ ਦੇ ਸਹਿਯੋਗ ਦੇ ਬਿਨਾਂ ਕੋਈ ਵੀ ਚੰਗੇ ਨਤੀਜੇ ਸਾਫਤ ਨਹੀਂ ਹੋ ਸਕਦੇ ਜਿਹੜਾ ਇੱਕ ਹੋਰ ਸਵਾਲਾਂ ਦਾ ਸਵਾਲ ਉੱਪਰ ਕੇ ਸਾਹਮਣੇ ਆ ਰਿਹਾ ਹੈ ਕਿ ਦਹਾਕਿਆਂ ਬਾਅਦ ਵੀ ਆਖਰ ਪੁਲਿਸ ਦਾ ਦੋਸਤਾਨਾ ਚਿਹਰਾ ਕਿਉਂ ਨਹੀਂ ਬਣ ਸਕਿਆ ਇਹ ਗੱਲ ਜ਼ਰੂਰ ਹੈ ਕਿ ਇਹਦੇ ਲਈ ਸਾਨੂੰ ਸਾਰਿਆਂ ਨੂੰ ਜਿਹੜੇ ਵੀ ਸੰਬੰਧੇ ਤਰ੍ਹਾਂ ਹੈਗੀਆਂ ਆਪਣੀ ਪੀੜੀ ਹੇਠਾਂ ਸੋਟਾ ਮਾਰਨ ਦੀ ਵੀ ਜ਼ਰੂਰਤ ਹੈ ਇਸ ਮੁੱਦੇ ਤੇ ਚਰਚਾ ਚ ਸ਼ਾਮਲ ਹੋਣ ਦੇ ਲਈ ਮੈਂ ਸਿੱਧੂ ਸਾਹਿਬ ਲਾਲਪਰਾ ਤਲੋਜਨ ਜੀ ਤੇ ਨਾ ਹੀ ਮਹਿਮਾਨਾਂ ਦਾ ਧੰਨਵਾਦੀ ਹਾਂ ਔਰ ਸਾਡੇ ਪ੍ਰੋਗਰਾਮ ਬਾਰੇ ਕੋਈ ਵੀ ਰਾਏ ਦੇਣ ਲਈ ਦਰਸ਼ਕਾਂ ਲਈ ਸੁਨੇਹਾ ਹੈ jiktar sidhu@globalpunjabtv.com